बैंक का रेलवे की परसेंट रेलवे प्राइवेट हो रही है अपने इतने जगह रेलवे स्टेशन जंक्शन गरीब तो गरीब हो रहे जी डी पी आपने की लेना दस दिन दस हजार से रखे हुए काम बद लाया सरकार पता नहीं है ये अमरीका कनेडा दिया असल च मनमोहन सिंह बी बी बोल गया उही कर दी करदा ये कर जाने थे मेले लाने में ये उसमें बंदे आए निराश हो गए हैं कहने से लखा रुपए का ही तो पूरा कहते हैं अभी गरीब लोग चन्नी का ये कमल लगा ये जाके बराड़ की था ऐसे बाजार चलाता ਉਹ ਮੁੰਡਿਆਂ ਨੂੰ ਬੁਲਾ ਕੇ ਕਹਿੰਦੇ 6000 ਰੁਪਿਆ ਲੈ ਲਓ ਬਸ ਉਹੀ ਹੈ ਪ੍ਰਾਈਵੇਟ ਕੰਮ ਤੇ ਹੈ ਉਹੀ ਹੈ ਬਸ ਲੈਟਰ ਜੇ ਦੇਖੇ ਉਹਨੂੰ ਬੀਐਸਪੀ ਕਾਰਡ ਨੂੰ ਲੈ ਕੇ ਐਸਆਈਟੀ ਬਣਾਈ ਗਈ ਸੀ ਜਿਹਨੂੰ ਲੈ ਕੇ ਕੱਲ ਨਵਜੋਤ ਸਿੰਘ ਸਿੱਧੂ ਨੇ ਵੀ ਸਵਾਲ ਖੜੇ ਕੀਤੇ ਨੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਬੇਅਦਬੀ ਦਾ ਮਸਲਾ ਜਿਹੜਾ ਬਹੁਤ ਸੀਰੀਅਸ ਮਸਲਾ ਹੈ ਔਰ ਇਹ ਇਲੈਕਸ਼ਨਾਂ 'ਚ ਵੀ ਬਹੁਤ ਬੜਾ ਮੁੱਦਾ ਬਣਿਆ ਸੀ ਔਰ ਜਿਹਦਾ ਅਸਰ ਅਕਾਲੀ ਦਲ 'ਤੇ ਵੀ ਹੋਇਆ ਔਰ ਕਿਉਂਕਿ ਇੱਕ ਇਸ਼ੂ ਇਹ ਵੀ ਸੀ ਬੇਅਦਬੀ ਦਾ ਬਾਕੀ ਇਸ਼ੂ ਤਾਂ ਦੂਸਰੇ ਵੀ ਸੀ ਮਾਈਨ ਮਾਫੀਆ ਡਰੱਗ ਮਾਫੀਆ ਹੈ ਜੀ ਔਰ ਦੂਸਰਾ ਲੀਕਰ ਮਾਫੀਆ ਪ੍ਰੋਪਰਟੀਆਂ 'ਤੇ ਕਬਜ਼ੇ ਕਈ ਤਰ੍ਹਾਂ ਦੇ ਮਾਫੀਆ ਆਪਰੇਟ ਕਰਦੇ ਸੀ ਪਰ ਸਾਰਿਆਂ ਨਾਲੋਂ ਜਿਹੜਾ ਸੈਂਟੀਮੈਂਟ ਅਫੈਕਟ ਕਰਦਾ ਸੀ ਦੁਨੀਆ ਲੋਕਾਂ ਦੇ ਸਿੱਖ ਸਾਇਟੀ ਦੇ ਉਹ ਸੀ ਇਹ ਬੇਅਦਬੀ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੀ ਔਰ ਵਾਅਦਾ ਜ਼ਰੂਰ ਕੀਤਾ ਸੀ ਸਰਕਾਰ ਨੇ ਪਰ 4.5 ਸਾਲ ਬੀਤਣ ਨੂੰ ਹੋ ਗਏ ਅਜੇ ਤੱਕ ਕੁਛ ਨਹੀਂ ਹੋਇਆ ਔਰ ਐਸਆਈਟੀ ਵੀ ਨੇ ਵੀ ਬੜਾ ਟਾਈਮ ਲਿਆ ਕਈ ਅਫਸਰ ਬਦਲੇ ਗਏ ਔਰ ਚਾਹੀਦਾ ਹੈ ਕਿ ਜਿਹੜੇ ਵੀ ਦੋਸ਼ੀ ਹੈ ਜਿਨ੍ਹਾਂ ਨੇ ਇਹ ਬੇਅਦਬੀ ਕੀਤੀ ਹੈ ਜਾਂ ਜ਼ਿੰਮੇਵਾਰ ਹੈ ਉਹਨਾਂ ਦੇ ਖਿਲਾਫ਼ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਇਹ ਲਿੰਗਰ ਆਊਟ ਬਹੁਤ ਹੋ ਗਿਆ ਲੋਕ ਮਹਿਸੂਸ ਕਰਦੇ ਨੇ ਜਿਵੇਂ ਕੱਲ੍ਹ ਨਵਜੋਤ ਸਿੰਘ ਸਿੱਧੂ ਨੇ ਕਿਹਾ ਵੀ ਜਿਹੜੇ ਮਾਮਲੇ ਨੂੰ ਠੰਡਾ ਪਾਉਣਾ ਹੁੰਦਾ ਉਹ ਵੀ ਐਸਆਈਟੀ ਬਣਾ ਦਿੱਤੀ ਜਾਂਦੀ ਹੈ ਤੁਸੀਂ ਕੀ ਸਮਝਦੇ ਹੋ ਗੱਲ ਕਿਸੇ ਵੀ ਏਜੰਸੀ ਦੇ ਦੋ ਕਮਿਸ਼ਨ ਬਣੇ ਨੇ ਅੱਗੇ ਸਰਦਾਰ ਜੋਰਾ ਜਸਟਿਸ ਜੋਰਾ ਸਿੰਘ ਦਾ ਫਿਰ ਰਣਜੀਤ ਸਿੰਘ ਦਾ ਕਮਿਸ਼ਨ ਵੀ ਬਣੇ ਸਾਰਾ ਉਹਦੀ ਰਿਪੋਰਟ ਹੈ ਔਰ ਉਹਦੇ ਬਾਅਦ ਐਸਆਈਟੀ ਬਣਾ ਤੀ ਇਹ ਔਰ ਹੁਣ ਕੋਰਟ ਦਾ ਆਪਣਾ ਇਸ਼ੂ ਹੈ ਕੋਰਟ ਨੇ ਜੋ ਫੈਸਲਾ ਦਿੱਤਾ ਕਿਉਂਕਿ ਜੁਡੀਸ਼ਰੀ ਦਾ ਮਸਲਾ ਉਹਦੇ ਬਾਰੇ ਮੈਂ ਕਿੰਤੂ ਪਰੰਤੂ ਨਹੀਂ ਕਹਿ ਸਕਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਸਵਾਲ ਹੈ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਇਹਦਾ ਲੋਕਾਂ ਦੇ ਵਿੱਚ ਬਹੁਤ ਰੋਸ ਹੈ ਜਿੱਦਾਂ ਸ਼ਰਾਬ ਮਾਮਲੇ 'ਤੇ ਵੀ ਐਸਆਈਟੀ ਬਣਾ ਦਿੱਤੀ ਗਈ ਸੀ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਬੜੀਆਂ ਹੋਈਆਂ ਦੇਖੋ ਸਰਕਾਰ ਨੂੰ ਚਾਹੀਦਾ ਹੈ ਵਾਅਦੇ ਤਾਂ ਕੀਤੇ ਬਹੁਤ ਨੇ ਕੈਪਟਨ ਸਾਹਿਬ ਨੇ ਹੈ ਜੀ ਗੁਟਕਾ ਚੱਕ ਪੇ ਵੀ ਕੀਤੇ ਨੇ ਉਹ ਕਦੋਂ ਪੂਰੇ ਹੋਣਗੇ ਇਹ ਤਾਂ ਉਹੀ ਜਾਣਦਾ ਪਰ ਲੋਕ ਜ਼ਰੂਰ ਉਡੀਕਦੇ ਨੇ ਲੋਕ ਪੁੱਛਦੇ ਨੇ ਸਾਨੂੰ ਵੀ ਪੁੱਛਦੇ ਨੇ ਵੀ ਤੁਸੀਂ ਵਾਅਦੇ ਕੀਤੇ ਨੇ ਪੂਰੇ ਨਹੀਂ ਹੁੰਦੇ ਵਾਅਦੇ ਤਾਂ ਬਹੁਤ ਲੋਕਾਂ ਨਾਲ ਕੀਤੇ ਨੇ ਘਰ ਘਰ ਨੌਕਰੀ ਦੀ ਗੱਲ ਕੀਤੀ ਹੈ ਸਕਾਲਰਸ਼ਿਪ ਦੀ ਗੱਲ ਕੀਤੀ ਹੈ ਮਕਾਨ ਬੇਘਰਿਆਂ ਨੂੰ ਮਕਾਨ ਕਰਜ਼ੇ ਮਾਫੀ ਦੀਆਂ ਗੱਲਾਂ ਹੈ ਜੀ ਮਹਿੰਗਾਈ ਭੱਤੇ ਦੀ ਗੱਲ ਕੀਤੀ ਹੈ ਬੇਰੁਜ਼ਗਾਰੀ ਭੱਤੇ ਦੀਆਂ ਗੱਲਾਂ ਕੀਤੀ ਹੈ ਵਾਅਦੇ ਤਾਂ ਇੰਨੇ ਕੀਤੇ ਨੇ ਪੁੱਛੋ ਨਾ ਕੁਛ ਲੋਕਾਂ ਨੇ ਉਹ ਵਾਅਦਿਆਂ ਦੇ ਵਿੱਚ ਕਿਉਂਕਿ ਗੁਟਕਾ ਚੱਕਿਆ ਸੀ ਲੋਕ ਮਹਿਸੂਸ ਕਰਦੇ ਸੀ ਵੀ ਗੁਰੂ ਸਾਹਿਬ ਦੀ ਸਹੁੰ ਖਾਧੀ ਹੈ ਸ਼ਾਇਦ ਪੂਰੇ ਹੀ ਹੋ ਜਾਣ ਪਰ ਲੋਕ ਅੜੀਕ 'ਚ ਬੈਠੇ ਨੇ